ਸਤਿ ਸ਼੍ਰੀ ਅਕਾਲ ਵੀਰ ਸਾਰੇ ਵੀਰਾਂ ਨੂੰ। ਹਾਂਜੀ ਵੀਰ, ਜਿਵੇਂ ਤੁਸੀਂ ਜਾਣਦੇ ਹੋ ਵੀ ਆਪਣਾ YouTube ਤੇ ਵੀ ਚੈਨਲ ਆ ਪੇਂਡੂ ਮਸਤੀ ਵਨ, ਹੁਣ ਤਾਂ ਉਹਦਾ ਨਾਮ ਬਦਲਤਾ ਪਰ ਪੇਂਡੂ ਮਸਤੀ ਵਨ ਦੇ ਨਾਮ ਤੇ ਨਿਕਲਦਾ। ਹੁਣ ਤੁਸੀਂ ਕਹਿੰਦੇ ਵੀ ਆਪਣੀ ਜਿਹੜੇ ਚੈਨਲ ਹੁੰਦੇ ਆ, ਕਈ ਵੀਰਾਂ ਦਾ ਨਾ ਚੈਨਲ ਹੁੰਦਾ ਛੋਟੇ, ਜਿਵੇਂ 100 ਸਬਸਕ੍ਰਾਈਬਰ ਹੋ ਗਿਆ, 50 ਸਬਸਕ੍ਰਾਈਬਰ ਜਾਂ 150 ਵਾਲੇ ਹੁੰਦੇ ਆ ਵੀ, ਬਲੌਕ ਕਰ ਦੇ ਯਾਰ, ਸਿੱਧੀ ਗੱਲ ਆ। ਚੈਨਲ ਬਣਾ ਲਿਆ ਤੇ ਅਸੀਂ ਕਿਸੇ ਨੂੰ ਕਿਹਾ, ਉੱਤੇ ਉਹਨੇ ਪੋਸਟ ਪਾਈ ਪੀ ਜੇ ਚੈਨਲ ਸਬਸਕ੍ਰਾਈਬਰ ਕਰਨ ਵਾਸਤੇ ਸਾਡੇ ਨਾਲ ਸੰਪਰਕ ਕਰੂ। ਅਸੀਂ ਕੀ ਕੀਤਾ ਭਾਈ, ਅਸੀਂ ਫੋਨ ਲਾ ਲਿਆ ਉਹ ਬੰਦੇ ਨੂੰ, ਤੇ ਜਦੋਂ ਫੋਨ ਲਾਇਆ ਤੇ ਉਹ ਬੰਦਾ ਅਸੀਂ ਸਤਿ ਸ਼੍ਰੀ ਅਕਾਲ ਬੁਲਾਈ ਵਧੀਆ, ਹੈ ਨਾ ਵੀ ਜਿਵੇਂ ਆਪਾਂ ਬੁਲਾਉਣੇ ਹੁੰਦੇ ਹਾਂ ਵੀ ਆਪਾਂ ਨੂੰ ਵੀ ਹੈਗੀ ਯਾਰ ਇਹ ਕਰਵਾ ਦੂਗਾ, ਅਤੇ ਗਿਆਨੀ ਧਿਆਨੀ ਬੰਦਾ ਸੀ ਉਹ, ਵੀ ਚੱਲ ਆਪਾਂ ਨੂੰ ਕਿਹੜਾ ਪਤਾ ਇੰਨਾ ਚੈਨਲ ਬਾਰੇ, ਨਾਂ ਨੂੰ ਤਾਂ ਆਪਾਂ ਕੀ ਲੈਣਾ, ਉਹਨੂੰ ਆਪ ਨੂੰ ਪਤਾ ਲੱਗ ਜੂ ਵੀਡੀਓ ਦੇਖ ਕੇ। ਅਤੇ ਸਾਨੂੰ ਬੋਲਦਾ ਸਤਿ ਸ਼੍ਰੀ ਅਕਾਲ ਬੁਲਾਈ, ਸਾਰਾ ਕੁਛ ਪੁੱਛਿਆ ਵੀ ਹਾਂ, ਕਹਿੰਦਾ ਅਸੀਂ ਕਿਹਾ ਵੀ ਚੈਨਲ ਸਬਸਕ੍ਰਾਈਬਰ ਕਰਾਉਣੇ, ਸਾਨੂੰ ਨਹੀਂ ਸੀ ਪਤਾ ਹੈ ਨਾ ਵੀ ਪੈਸੇ ਵੀ ਲੈਂਦੇ ਆ, ਵੀ 20-20 ਹਜ਼ਾਰ ਰੁਪਈਆ ਲੈਂਦੇ ਆ, 20 ਹਜ਼ਾਰ ਰੁਪਈਆ ਮੰਗਿਆ ਸੀ ਉਦੋਂ ਆਪਣੇ ਤੋਂ ਬੰਦੇ ਨੇ, ਉਹਨੇ 20 ਹਜ਼ਾਰ ਹੀ ਮੰਗਿਆ ਸੀਗਾ। ਅਤੇ ਵੀ ਇੱਕ ਗੱਲ ਆ, ਤੇਰਾ 500 ਨਾਲ ਜਾਂ ਤੇਰਾ 200 ਨਾਲ ਬਣ ਜੂ ਕੁਛ, ਕਿਸੇ ਦੀ ਮਦਦ ਕਰਦੇ ਕਿਸੇ ਜਵਾਕ ਦੀ ਜਾਂ ਗਰੀਬ ਦੀ। ਸਹੀ ਗੱਲ ਆ। ਅਤੇ ਸਾਨੂੰ ਬੋਲਦਾ ਕਹਿੰਦਾ ਜੇ ਫੋਟੋ ਪਾਉਣੀ ਹੈ ਨਾ ਵੀ ਤੁਹਾਡੇ ਚੈਨਲ ਦੀ, ਤਾਂ 200 ਰੁਪਈਆ ਲੱਗੂਗਾ। ਜੇ ਕਹਿੰਦਾ ਲਿੰਕ ਪੋਸਟ ਪਾਉਣੀ ਤੇ ਲਿੰਕ ਉਹ ਫੋਟੋ ਤੇ ਲਿੰਕ, ਹਾਂ ਜੇ ਉਹ ਪਾਉਣਾ ਗਾ ਤਾਂ ਫਿਰ 500 ਰੁਪਈਆ ਲੱਗੂਗਾ। ਇਹਦੇ ਨਾਲ ਤੂੰ ਦੱਸ, ਤੂੰ ਹੀ ਦੱਸ ਦੇ ਮੈਨੂੰ ਇਹਦੇ ਨਾਲ ਕੀ ਬਣੂਗਾ। ਅਸੀਂ ਉਹੀ ਤਾਂ ਗੱਲ ਆ। ਅਤੇ ਜਾਂ ਤਾਂ ਬਾਈ ਮੇਰੀ ਗੱਲ ਸੁਣ, ਇੱਕ ਤੂੰ ਨਾ ਸਬਸਕ੍ਰਾਈਬਰਾਂ 20 ਹਜ਼ਾਰ ਰੁਪਈਆ ਮੰਗਿਆ ਕਰ, 20 ਹਜ਼ਾਰ ਤੋਂ ਘੱਟ ਮੈਂ ਕਰਵਾਉਂਦਾ ਨਹੀਂ ਪ੍ਰਮੋਸ਼ਨ ਕਿਸੇ ਦੀ, ਬੰਦਾ ਕਰਾਵੇ ਵੀ ਨਾ, ਫਿਰ ਕਰਾਵੇ ਵੀ ਨਾ। 500 ਨਾਲ ਤੈਨੂੰ ਕੀ ਮਿਲ ਜੂਗਾ ਪੁੱਛਣ ਵਾਲਾ ਹੋਵੇ, ਕਿਸੇ ਗਰੀਬ ਦੀ ਮਦਦ ਹੋ ਜੂਗੀ, ਗਰੀਬ ਦੀ ਮਦਦ ਹੋਣਾ ਵੀ ਚੰਗੀ ਗੱਲ, ਉਹੀ ਤਾਂ ਗੱਲ ਆ। ਜਾਂ ਤਾਂ ਤੂੰ 20 ਹਜ਼ਾਰ ਰੁਪਈਆ ਤੇਰਾ ਬਣ ਵੀ ਜਾਊ ਕੁਛ, ਉਹ ਤੇਰਾ ਤੂੰ ਹੀ ਬੈਠਾ ਖਾ ਜਾਏਗਾ 500 ਇਹਦੇ ਪਿੱਛੇ ਕੋਈ ਵੱਡੀ ਗੱਲ ਨੀ ਹੁੰਦੀ, ਅਸੀਂ ਨਾ ਤਾਂ ਅਸੀਂ ਲੈਣਾ ਪੈਸਾ ਨਾ ਕਿਸੇ ਨੂੰ ਦੇਣਾ ਗਾ ਅੱਜ ਤੱਕ, ਜੇ ਲਿਆ ਚਾਹੇ ਸਾਡਾ ਯਾਰ 1000 ਆ, ਚਾਹੇ 2000 ਆ, ਚਾਹੇ 3000 ਆ, ਠੀਕ ਆ, ਅਸੀਂ ਕਿਸੇ ਤੋਂ ਪੈਸਾ ਨੀ ਮੰਗਦੇ ਬਾਈ। ਜਿਹੜੇ 100-150 ਵਾਲੇ ਆ ਸਾਡੇ ਨਾਲ ਸੰਪਰਕ ਕਰੋ, ਅਸੀਂ ਨੰਬਰ ਪਾਵਾਂਗੇ ਥੱਲੇ, ਠੀਕ ਹੈ ਨਾ। ਅਸੀਂ ਜਮ੍ਹਾਂ ਫਿਰੀ ਯਾਰ 1 ਰੁਪਈਆ ਵੀ ਤੁਹਾਨੂੰ ਪੈਸੇ ਦੀ ਗੱਲ ਵੀ ਛੇੜ ਲਈ ਤੁਸੀਂ ਕਹਿ ਦਿਓ। ਅਸੀਂ ਉਹ ਬੰਦੇ ਨੂੰ ਕਿਹਾ, ਅਸੀਂ ਮੁੜ ਕੇ ਕਿਸੇ ਨਾਲ ਕਨੈਕਟ ਨਹੀਂ ਕੀਤਾ, ਠੀਕ ਆ, ਕਿਸੇ ਬੰਦੇ ਨਾਲ ਵੀ ਨਹੀਂ ਕੀਤਾ ਯਾਰ, ਵੀ ਚੈਨਲ ਪ੍ਰਮੋਸ਼ਨ ਕਰਦੇ, ਵੀ ਇੰਨੇ ਵੀ ਗਰੇ ਬੰਦੇ ਹੁੰਦੇ ਯਾਰ ਵਿੱਚ, ਵੀ ਭੈਣ ਦੀ ਉਹਨਾਂ ਕਹਿ ਵੀ 200-200 ਪਿੱਛੇ, 500-500 ਪਿੱਛੇ ਕਿਸੇ ਕੋਈ ਨਵਾਂ ਚੈਨਲ ਬਣਾਉਂਦਾ ਗਾ ਉਹਦੇ, ਕੀ ਯਾਰ ਮੈਂ ਤੈਨੂੰ ਦੱਸਦਾ ਬਈ 20 ਹਜ਼ਾਰ ਰੁਪਈਆ ਮੰਗਿਆ ਕਰ ਚੈਨਲ ਸਬਸਕ੍ਰਾਈਬਰ ਦਾ, ਠੀਕ ਹੈ ਨਾ, ਫਿਰ ਨਜ਼ਾਰਾ ਆਊਗਾ, ਐਂ ਨਹੀਂ ਆਉਂਦਾ। 500-500 ਹੋਣਾ ਤਾਂ ਉੱਡ ਜਾਣਗੇ, ਜਵਾਕ ਖਾ ਜਾਂਦੇ ਆ। ਚੱਲ ਸਾਡੇ ਹੀ ਪੈਸੇ ਆਉਣਗੇ ਵੀਰ, ਕੋਈ ਗੱਲ, ਠੀਕ ਆ ਬਈ। ਜੇ 100-150 ਵਾਲਾ ਹੁੰਦਾ ਨਾ ਕੋਈ ਚੈਨਲ ਵਾਲਾ, ਸਾਡੀ ਫਿਰ ਪ੍ਰਮੋਸ਼ਨ, 500 ਵਾਲੇ ਦਾ ਕੀ ਫਾਇਦਾ ਗਾ ਉਹਦਾ, 500 ਗਰੀਬ ਤੋਂ ਤੂੰ ਲਏਗਾ 500 ਰੁਪਇਆ, ਉਹ ਤੇਰੇ ਜਵਾਕ ਖਾ ਜਾਣਗੇ, ਕੀ ਫਾਇਦਾ ਗਾ। ਮਿਹਨਤ ਕੀਤੀ ਆ ਫੇਰ ਹੀ ਬਣੇ ਆ, ਚਾਹੇ ਯਾਰ 3000 ਆ ਸਾਡਾ, ਚਾਹੇ 4000 ਆ, ਠੀਕ ਆ, ਅਸੀਂ ਕਿਸੇ ਨੂੰ ਐਂ ਨੀ ਪੈਸਾ ਨੀ ਲੈਂਦੇ, 1 ਰੁਪਈਆ ਨੀ ਲੈਣਾ।